ਮੋਗਾ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਨੇ। ਦਾਣਾ ਮੰਡੀ ਵਿੱਚ ਹੋਣ ਵਾਲੀ ਇਸ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਰੈਲੀ ਵਿੱਚ ਇੱਕ ਪਾਸੇ ਜਿੱਥੇ ਹਜ਼ਾਰਾਂ ਲੋਕਾਂ ਦੇ ਬੈਂਡ ਦਾ ਇੰਤਜ਼ਾਮ ਕੀਤਾ ਜਾ ਰਿਹਾ, ਉੱਥੇ ਸੁਰੱਖਿਆ ਪੱਖੋਂ ਵੀ ਕੋਈ ਕਮੀ ਨਹੀਂ ਛੱਡ ਜਾ ਰਹੀ ਹੈ। ਰੈਲੀ ਦੀਆਂ ਤਿਆਰੀਆਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਸਾਡੇ ਪੱਤਰਕਾਰ ਗਗਨ ਬਾਠਲਾ ਨੇ। ਆਉਣ ਵਾਲੀ 30 ਤਾਰੀਖ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੈਲੀਆਂ ਦਾ ਦੌਰ ਜਿਹੜਾ ਉਹ ਚੱਲ ਰਿਹਾ। ਕੱਲ੍ਹ ਮੋਗਾ ਦੇ ਵਿੱਚ ਆਲ ਇੰਡੀਆ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵਿਸ਼ੇਸ਼ ਤੌਰ 'ਤੇ ਮੋਗਾ ਵਿੱਚ ਪਹੁੰਚ ਰਹੇ ਹਨ। ਇੱਕ ਕਾਂਗਰਸ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਕਿ ਜਿਹੜੀ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ, ਉਸ ਰੈਲੀ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਬੜੀਆਂ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ। ਜੇ ਗੱਲ ਕਰੀਏ ਲੋਕਾਂ ਦੇ ਬੈਠਣ ਦੀ, ਲੋਕਾਂ ਦੇ ਬੈਠਣ ਵਾਸਤੇ ਕੁਰਸੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਕਾਫੀ ਤਾਦਾਦ ਵਿੱਚ ਲੋਕ ਪਹੁੰਚਣ ਦੀ ਉਮੀਦ ਜਤਾ ਕੇ ਬੈਠੇ ਹਨ ਕਾਂਗਰਸੀ ਵਰਕਰ। ਔਰ ਕੱਲ੍ਹ ਸ਼੍ਰੀਮਤੀ ਸੋਨੀਆ ਗਾਂਧੀ ਦੇ ਨਾਲ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਇੱਥੇ ਪਹੁੰਚ ਰਹੇ ਹਨ। ਔਰ ਜੇ ਗੱਲ ਕਰੀਏ ਲੋਕਲ ਲੀਡਰਸ਼ਿਪ ਦੀ, ਲੋਕਲ ਲੀਡਰਸ਼ਿਪ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਰੈਲੀ ਨੂੰ ਲੈ ਕੇ। ਔਰ ਸਟੇਜ ਦੀ ਗੱਲ ਕਰੀਏ, ਸਟੇਜ ਬਹੁਤ ਵਧੀਆ ਤਰੀਕੇ ਨਾਲ ਸਿਕਿਉਰਿਟੀ ਨੂੰ ਧਿਆਨ ਦੇ ਵਿੱਚ ਰੱਖ ਕੇ ਸਟੇਜ ਤਿਆਰ ਕੀਤੀ ਜਾ ਰਹੀ ਹੈ। ਔਰ ਇਸ ਤੋਂ ਇਲਾਵਾ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਔਰ ਜੇ ਗੱਲ ਕਰੀਏ ਤਾਂ ਇਸ ਰੈਲੀ ਨੂੰ ਲੈ ਕੇ ਲੋਕ ਹੈ ਜਿਹੜੇ ਬੜੇ ਉਤਸ਼ਾਹਿਤ ਹਨ, ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਰੈਲੀ ਨੂੰ ਲੈ ਕੇ। ਔਰ ਦੇਖਣਾ ਹੋਏਗਾ ਕਿ ਆਉਣ ਵਾਲੀ 30 ਤਾਰੀਖ ਨੂੰ ਇਸ ਰੈਲੀ ਦਾ ਕਿੰਨਾ ਕੁ ਅਸਰ ਲੋਕਾਂ ਦੇ ਉੱਤੇ ਹੁੰਦਾ ਹੈ, ਔਰ ਲੋਕ ਕਾਂਗਰਸ ਨੂੰ ਪੰਜਾਬ ਦੇ ਵਿੱਚ, ਪੰਜਾਬ ਦੀ ਸੱਤਾ ਵਿੱਚ ਲੈ ਕੇ ਆਉਂਦੇ ਹਨ ਜਾਂ ਨਹੀਂ। ਗਗਨ ਬਠਲਾ, ਜ਼ੀ ਖਬਰਾਂ, ਮੋਗਾ। ਤੁਸੀਂ ਜਿਹੜੀਆਂ ਰੈਲੀ, ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਮੋਗਾ ਤੋਂ ਹੀ ਖਾਸ ਤੌਰ 'ਤੇ ਮਾਲਵਾ ਤੋਂ ਆਪਣਾ ਆਗਾਜ਼ ਕੀਤਾ ਸੀ ਅਤੇ ਬਹੁਤ ਪ੍ਰਭਾਵਸ਼ਾਲੀ ਆਗਾਜ਼ ਵੀ ਰਿਹਾ ਸੀ ਉਹ। ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਅੱਜ ਸੋਨੀਆ ਗਾਂਧੀ ਵੀ ਮਾਲਵਾ ਦੇ ਮੋਗਾ ਤੋਂ ਹੀ ਆਪਣਾ ਜਿਹੜਾ ਚੋਣ ਪ੍ਰਚਾਰ ਹੈ, ਚੋਣ ਪ੍ਰਚਾਰ ਕਰਨ ਜਾ ਰਹੇ ਨੇ। ਇਸ ਸਮੇਂ ਜਿਹੜਾ ਪੰਡਾਲ ਹੈ ਹੌਲੀ ਹੌਲੀ, ਕਿਉਂਕਿ ਕਾਫੀ ਠੰਡ ਹੈ, ਠੰਡ ਦੇ ਬਾਵਜੂਦ ਵੀ ਲੋਕਾਂ ਦਾ ਆਉਣਾ ਹੁਣੇ ਸ਼ੁਰੂ ਹੋਇਆ ਅਤੇ ਹੋ ਸਕਦਾ ਹੈ ਕਿ 12 ਜਾਂ 1 ਵਜੇ ਤੱਕ ਜਿਹੜਾ ਪੂਰਾ ਪੰਡਾਲ ਹੈ ਭਰੇ। ਲੇਕਿਨ ਲੋਕਾਂ ਦੇ ਮਨੋਰੰਜਨ ਵਾਸਤੇ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਮਨੋਰੰਜਨ ਵਾਸਤੇ ਵੀ ਪ੍ਰਬੰਧ ਕੀਤਾ ਗਿਆ ਹੈ, ਕਿਉਂਕਿ ਐਂਟਰਟੇਨਮੈਂਟ ਵੀ ਜ਼ਰੂਰੀ ਹੈ, ਠੰਡ ਵੀ ਬਹੁਤ ਜ਼ਿਆਦਾ ਹੈ ਅਤੇ ਲੋਕਾਂ ਦਾ ਆਉਣਾ ਵੀ ਜਾਰੀ ਹੈ। ਜੀ ਵਿਸ਼ਾਲ, ਜੇ ਤੁਸੀਂ ਦੱਸ ਰਹੇ ਹੋ ਕਿ ਮੋਗਾ 'ਚ ਹੀ ਪਹਿਲਾਂ ਅਕਾਲੀਆਂ ਨੇ ਆਪਣੀ, ਜਿਸ ਤਰ੍ਹਾਂ ਆਪਾਂ ਦੇਖਿਆ ਕਿ ਰੈਲੀ ਸ਼ੁਰੂ ਕੀਤੀ ਸੀ, ਹੁਣ ਕਾਂਗਰਸ ਦੀ ਵੱਡੇ ਲੈਵਲ ਦੀ ਜੋ ਆਪਣੀ ਕੌਮੀ ਲੈਵਲ ਦੀ ਇੱਕ ਰੈਲੀ ਕਰ ਰਹੀ ਹੈ ਉਹ ਵੀ ਮੋਗਾ 'ਚ ਹੀ ਕਰ ਰਹੀ ਹੈ। ਮੋਗਾ ਦਾ ਇੱਕ ਖਾਸ ਇੱਕ ਸਿਆਸੀ ਜੋ ਅਹਿਮੀਅਤ ਹੈ ਮੰਨੀ ਜਾਂਦੀ ਹੈ। ਬਿਲਕੁਲ, ਇਹ ਮੋਗਾ ਦੀ ਖਾਸ ਸਿਆਸੀ ਅਹਿਮੀਅਤ ਹੈ, ਕਿਉਂਕਿ ਮੋਗਾ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਜਿਹੜੇ ਸਾਬਕਾ DGP PS ਪਰਮਜੀਤ ਸਿੰਘ ਗਿੱਲ ਇੱਥੋਂ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਜਿਹੜੀਆਂ 17 ਦੇ ਲਗਭਗ ਜਿਹੜੀਆਂ ਮੋਗਾ ਦੇ ਆਸ ਪਾਸ ਦੀਆਂ ਸੀਟਾਂ ਹਨ, ਚਾਹੇ ਬਾਘਾ ਪੁਰਾਣਾ ਹੈ, ਮੱਖੂ ਹੈ, ਧਰਮਕੋਟ ਹੈ, ਹੋਰ ਜਿਹੜੀਆਂ ਜੀਰਾ ਹੈ, ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੇਨ ਸੀਟਾਂ ਨੇ, ਇੱਥੋਂ ਵੀ ਜਿਹੜੇ ਲੋਕ ਅੱਜ ਦੀ ਰੈਲੀ ਦੇ ਵਿੱਚ ਸ਼ਿਰਕਤ ਕਰਨਗੇ ਅਤੇ ਹੌਲੀ ਹੌਲੀ ਜਿਹੜਾ ਪੰਡਾਲ ਹੈ ਉਹ ਵੀ ਭਰਨਾ ਸ਼ੁਰੂ ਹੋ ਗਿਆ। ਲੇਕਿਨ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਅਕਾਲੀਆਂ ਦੀ ਜਿਹੜੀ ਰੈਲੀ ਹੋਈ ਸੀ ਜਾਂ ਅੱਜ ਦੀ ਜਿਹੜੀ ਰੈਲੀ ਹੈ, ਲੋਕ ਇਸਦਾ ਕਿਸ ਤਰ੍ਹਾਂ ਕੰਪੈਰੀਜ਼ਨ ਕਰਦੇ ਨੇ। ਜੀ ਵਿਸ਼ਾਲ, ਜੇ ਲੀਡਰਾਂ ਦੀ ਗੱਲ ਕਰੀਏ, ਸੋਨੀਆ ਗਾਂਧੀ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਆ ਰਹੇ ਨੇ, ਹੋਰ ਕਿਹੜੇ ਕਿਹੜੇ ਪ੍ਰਮੁੱਖ ਜੋ ਲੀਡਰ ਰਹਿਣਗੇ ਜੋ ਇਸ ਰੈਲੀ ਦੀ ਸ਼ੋਭਾ ਵਧਾਉਣਗੇ? ਬਿਲਕੁਲ ਬਲਵਿੰਦਰ, ਜਿਹੜੇ ਸੋਨੀਆ ਗਾਂਧੀ ਦੀ ਪਹਿਲੀ ਹੈ ਮਾਲਵਾ ਤੋਂ ਆਗਾਜ਼ ਹੋਵੇਗਾ ਰੈਲੀ ਹੈ, ਉਸ ਤੋਂ ਬਾਅਦ ਜਿਹੜੀ ਰੈਲੀ ਹੈ ਕਪੂਰਥਲਾ ਦੇ ਵਿੱਚ ਵੀ, ਕਿਉਂਕਿ ਜਿਹੜਾ ਦੁਆਬਾ ਏਰੀਆ ਦੇ ਵਿੱਚ ਆਗਾਜ਼ ਹੋਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮਾਝਾ ਦੇ ਵਿੱਚ ਜਾਣਗੇ ਅਤੇ ਅੱਜ ਤੋਂ ਜਿਹੜਾ ਚੋਣ ਪ੍ਰਚਾਰ ਹੈ ਕਾਂਗਰਸ ਦਾ ਆਪਣੀਆਂ ਸਿਖਰਾਂ ਨੂੰ ਛੋ ਲਵੇਗਾ। ਲੇਕਿਨ ਕਿਤੇ ਨਾ ਕਿਤੇ ਜਿਹੜੇ ਬਾਗੀ ਹਨ, ਬਾਗੀ ਵੀ ਕਾਂਗਰਸ ਵਾਸਤੇ ਦਿੱਕਤਾਂ ਪੈਦਾ ਕਰਨ ਵਿੱਚ ਲੱਗੇ ਹੋਏ ਹਨ। ਹਾਲਾਂ ਤੱਕ ਕਿ ਕਾਂਗਰਸ ਹਾਈਕਮਾਂਡ ਹੋਵੇ, ਪ੍ਰਦੇਸ਼ ਕਾਂਗਰਸ ਹੋਵੇ, ਹਾਲੇ ਤੱਕ ਬਾਗੀਆਂ ਨੂੰ ਮਨਾਉਣ ਦੇ ਵਿੱਚ ਨਾਕਾਮਯਾਬ ਹੀ ਰਹੀ ਹੈ। ਜੀ ਵਿਸ਼ਾਲ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਇੱਥੇ ਤੁਸੀਂ ਬਣੇ ਰਹਿਣਾ, ਤੁਹਾਡੇ ਤੋਂ ਅੱਗੇ ਵੀ ਜਾਣਕਾਰੀ ਲੈਂਦੇ ਰਹਾਂਗੇ, ਜਿਸ ਤਰ੍ਹਾਂ ਦਾ ਇੱਥੇ ਰੈਲੀ ਹੁੰਦੀ ਹੈ, ਕਿਸ ਤਰ੍ਹਾਂ ਦੀ ਇੱਥੇ ਪ੍ਰਤੀਕਿਰਿਆਵਾਂ ਹੁੰਦੀਆਂ ਨੇ, ਸਭ ਬਾਰੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਇੱਥੇ ਵਿਸ਼ਾਲ ਅੰਗਰੇਜ਼ ਸਾਨੂੰ ਦੱਸ ਰਹੇ ਸਨ ਕਿ ਮੋਗਾ ਦੇ ਵਿੱਚ ਜਿਸ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ, ਪਰ ਕਾਂਗਰਸ ਇੱਕ ਤਰ੍ਹਾਂ ਨਾਲ ਆਪਣੇ ਬਾਗੀਆਂ ਤੋਂ ਵੀ ਨਾਲ ਵੀ ਜੂਝਦੀ ਨਜ਼ਰ ਆ ਰਹੀ ਹੈ, ਅਤੇ ਰੈਲੀ ਅੱਜ ਦੇ ਨਾਲ ਅੱਜ ਪ੍ਰਚਾਰ ਇੱਕ ਜ਼ੋਰ